ਆਸਟ੍ਰੇਲੀਆ ਗਏ। ਮਾਪਿਆਂ ਦੇ 27 ਸਾਲਾਂ ਪੁੱਤ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਪਿਆਂ ਨੇ ਦੱਸਿਆ ਹੈ ਕਿ ਕਰੀਬ 8 ਤੋਂ 9 ਸਾਲ ਪਹਿਲਾਂ ਹੀ ਉਹਨਾਂ ਨੇ ਆਪਣੇ ਪੁੱਤ ਨੂੰ ਸਟੱਡੀ ਵੀਜ਼ਾ ਤੇ ਵਿਦੇਸ਼ ਭੇਜਿਆ ਸੀ ਉਸ ਦੇ ਚੰਗੇ ਭਵਿੱਖ ਦੇ ਲਈ, ਪਰ ਉੱਥੋਂ ਹੀ ਮੰਦਭਾਗੀ ਖਬਰ ਆਈ ਹੈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਤੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਇਹ ਤਸਵੀਰ ਮ੍ਰਿਤਕ ਗੁਲਸ਼ਨ ਦੀ ਹੈ, ਜਿਸ ਦੀ ਉਮਰ 27 ਸਾਲ ਸੀ ਤੇ 8 ਤੋਂ 9 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਤੇ ਉੱਥੇ ਕਾਰ ਦੇ ਵਿੱਚ ਜਾਂਦੇ ਨਾਲ ਇੱਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇਸ ਦੀ ਮੌਤ ਹੋ ਗਈ। ਜਦੋਂ ਇਹ ਮੌਤ ਦੀ ਖਬਰ ਗੁਲਸ਼ਨ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਗੁਲਸ਼ਨ ਦੇ ਮਾਪੇ ਰੋ ਰੋ ਕੇ ਬੇਹਾਲ ਹੋ ਗਏ ਨੇ। ਇਹ ਮਾਪੇ ਹੁਣ ਸਿਰਫ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖਣਾ ਚਾਹੁੰਦੇ ਨੇ, ਜਿਸ ਲਈ ਉਹ ਸਰਕਾਰ ਤੋਂ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ। ਇਹ ਤਸਵੀਰਾਂ ਕਰਨਾਲ ਦੇ ਚੌਰਕਾਰਸਾ ਪਿੰਡ ਦੇ ਇੱਕ ਘਰ ਦੀਆਂ ਨੇ, ਜਿੱਥੇ ਮਾਤਮ ਪਸਰਿਆ ਹੋਇਆ ਹੈ। ਇਸ ਘਰ ਦੇ 27 ਸਾਲਾਂ ਨੌਜਵਾਨ ਪੁੱਤ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋ ਗਈ ਹੈ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਵਿੱਚ ਕਾਰ 'ਚ ਜਾਂਦੇ ਹੋਏ ਗੁਲਸ਼ਨ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ, ਜਿਸ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਅਤੇ ਮੌਤ ਦੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ। ਹੁਣ ਪਰਿਵਾਰ ਇਹ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਏ ਅਤੇ ਆਖਰੀ ਵਾਰ ਉਹ ਆਪਣੇ ਪੁੱਤ ਦਾ ਮੂੰਹ ਦੇਖ ਸਕਣ ਤੇ ਆਪਣੇ ਰੀਤੀ ਰਿਵਾਜ਼ਾਂ ਦੇ ਨਾਲ ਉਸ ਦਾ ਅੰਤਮ ਸੰਸਕਾਰ ਕਰ ਸਕਣ। ਐਕਸੀਡੈਂਟ ਦੀ ਸੂਚਨਾ ਮਿਲੀ ਹੈ। ਕੀ ਨਾਮ ਹੈ ਲੜਕੇ ਦਾ? ਗੁਲਸ਼ਨ ਕੁਮਾਰ। ਕਿੰਨੇ ਸਾਲ ਦੀ ਉਮਰ ਹੈ? ਉਸ ਦੀ ਅਬ ਤੋਂ 27 ਸਾਲ ਕੀ ਕਰੀਬ। 27 ਸਾਲ ਕਬ ਗਿਆ ਥਾ ਇਹ ਆਸਟ੍ਰੇਲੀਆ? 14 ਵਜੇ। 14 ਕਿਸ ਬੇਸ ਪੇ ਗਿਆ ਥਾ? ਸਟੱਡੀ ਬੇਸ ਪੇ। ਸਟੱਡੀ ਬੇਸ ਪੇ। ਔਰ ਅਭੀ ਮੈਰਿਡ ਹੈ ਜਾਂ ਨਹੀਂ ਹੈ? ਅਨਮੈਰਿਡ ਹੈ। ਅਨਮੈਰਿਡ ਹੀ ਥਾ ਤੋ ਅਭੀ ਤਬ ਸੇ ਵਾਪਸ ਲੌਟਾ ਥਾ ਘਰ? ਨਹੀਂ ਜੀ। PR ਥਾ ਵਹਾਂ ਪਰ? ਨਾ ਜੀ, PR ਨਹੀਂ ਅਭੀ ਹੋਇਆ। PR ਨਹੀਂ ਹੋਇਆ ਥਾ। ਬੀਚ ਬੀਚ ਮੇਂ ਬਾਤ ਹੋਤੀ ਥੀ ਬੱਚੇ ਸੇ? ਬਾਤ ਹੋਤੀ ਰਹਤੀ ਥੀ। WhatsApp ਵਗੈਰਾ ਪੇ ਵੀਡੀਓ ਕਾਲ? ਵੀਡੀਓ ਕਾਲ ਮੇਰੇ ਪਾਸ ਤੋ ਹੈ ਨਹੀਂ, ਮੈਂ ਤੋ ਇਸੀ ਫੋਨ ਸੇ ਬਾਤ ਕਰਤਾ ਹੂੰ, ਛੋਟੇ ਫੋਨ ਸੇ। ਪਰਿਵਾਰ ਮੇਂ ਔਰ ਵੀ ਬੱਚੇ ਹੈ? ਹਾਂ ਜੀ। ਕਿਤਨੇ? ਦੋ ਲੜਕੇ ਹੈ, ਇੱਕ ਲੜਕਾ ਹੈ। ਦੋ ਲੜਕੇ, ਲੜਕੀਆਂ। तो ये उस वक्त जो है जब गया था तो सिर्फ PR पे गया था? तो नहीं, स्टडी बेस पे गया था। स्टडी पे गया था तो और ज़्यादा पैसे लगे थे उस वक्त या सिर्फ नॉर्मल जो स्टडी बेस की फाइल? स्टडी बेस की फाइल के पैसे तब उतने ही लगे थे। उस टाइम भी 10 लाख रुपये खर्चा है। 10 लाख खर्चा है। तो अब जो ये सूचना मिली है, ये गाड़ी पोल से टकराई है? देखो जी, जो हमारे पास इसका हुआ है तो एक बार कह रहे भी पोल से टकराई है, वो तो वहाँ का पता है क्या है क्या नहीं है। ये माँ बाप की कोशिश यही है कि 9 साल से बाहर था तो उसके शव को आखिरी बार उसके भाई बहन देख सकें तो वापस बुलाया जाए। ये आज सुबह की घटना है और गुलशन नाम का ये बच्चा गांव चोरकारसा से ऑस्ट्रेलिया में था पिछले 9 साल से और वहीं पे मेहनत मजदूरी कर रहा था अपने परिवार के पालन के लिए और किन्हीं परिस्थितियों की वजह से उसका वहाँ पर एक्सीडेंट हो जाता है। बहुत एक दुखद घटना है और हम सब उसकी आत्मा की शांति के लिए प्रार्थना करते हैं और सभी लोगों से हाथ जोड़ के प्रार्थना करते हैं कि इस मुसीबत की घड़ी में इस परिवार की कहीं ना कहीं सहायता सभी लोग अपने हिसाब से जो भी जैसे भी कर सकता हूँ जरूर करें।